ਅੱਜ ਪਵਿੱਤਰ ਧਰਤੀ ਦੇ ਸਿਰ ਝੁਕਾ ਕੇ ਨਮਸਕਾਰ ਕਰਨ ਵਾਸਤੇ ਮੈਂ ਆਇਆ। ਸਿੱਖ ਕੌਮ ਬਹਾਦਰਾਂ ਦੀ ਕੌਮ ਹੈ। ਸਾਡੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਜ਼ੁਲਮ ਕਰਨਾ ਪਾਪ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਜੋ ਜ਼ੁਲਮ ਅੱਜ ਸੈਂਟਰ ਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਕਰ ਰਹੀ ਹੈ, ਇਹ ਤੋਂ ਮਾੜੀ ਕੋਈ ਗੱਲ ਨਹੀਂ ਹੈ। ਦੇਖੋ, ਇੱਕ ਮਹੀਨੇ ਤੋਂ ਵੱਧ ਹੋ ਗਏ ਠੰਡ ਦੇ ਵਿੱਚ ਕਿਸਾਨ ਸੜਕਾਂ 'ਤੇ ਪਏ ਹੈ, ਮਾਤਾ ਪਈਆਂ, ਭੈਣਾਂ ਪਈਆਂ ਬੈਠੀਆਂ, ਅਤੇ ਮੋਦੀ ਨੂੰ ਕੋਈ ਪਰਵਾਹ ਹੀ ਨਹੀਂ ਹੈ। ਤਕਰੀਬਨ 50 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ, ਪਰ ਫਿਰ ਵੀ ਇਹਨੂੰ ਕੋਈ ਫਿਕਰ ਨਹੀਂ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਆਪਣੇ ਦੇਸ਼ ਵਾਸੀ ਦੀ ਜਾਨ ਬਾਰੇ ਜਾਂ ਉਹਨਾਂ ਦੀ ਮਨ ਦੀ ਗੱਲ ਬਾਰੇ ਕੋਈ ਪਰਵਾਹ ਨਹੀਂ ਹੈ। ਮੈਨੂੰ ਲੱਗਦਾ ਆਜ਼ਾਦੀ ਦੇ ਬਾਅਦ ਪਹਿਲੇ ਪ੍ਰਧਾਨ ਮੰਤਰੀ ਹੈ ਜਿਹੜਾ ਆਪਣੇ ਹੰਕਾਰ ਨੂੰ ਸਭ ਤੋਂ ਪਹਿਲੇ ਅੱਗੇ ਰੱਖਦਾ ਅਤੇ ਲੋਕਾਂ ਦੀ ਭਲੇ ਨੂੰ ਬਾਅਦ 'ਚ ਰੱਖਦਾ। ਕੋਈ ਵੀ ਹੰਕਾਰੀ ਰਾਜਾ ਹੋਏ, ਉਹਦਾ ਹੰਕਾਰ ਫਿਰ ਪਰਮਾਤਮਾ ਹੀ ਤੋੜਦਾ। ਆਹ ਸੋਚਦੇ ਆ ਕਿ ਮੈਂ ਪ੍ਰਧਾਨ ਮੰਤਰੀ ਹੈ, ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਪ੍ਰਧਾਨ ਮੰਤਰੀ ਬਣਾਉਣ ਵਾਲੇ ਉਹ ਗਰੀਬ ਕਿਸਾਨ ਆ ਜਿਹੜੇ ਸੜਕਾਂ 'ਤੇ ਬੈਠੇ ਆ, ਅਤੇ ਲਾਉਣ ਵਾਲੇ ਵੀ ਆਹੀ ਹੋਣਗੇ। ਮੰਗ ਕੀ ਕਰ ਰਹੇ ਆ? ਇਕੱਲੀ ਜੋ ਕਾਲੇ ਕਾਨੂੰਨ ਤੁਸੀਂ ਬਣਾਏ ਆ ਉਹਨੂੰ ਵਾਪਸ ਕਰਨਾ, ਛੋਟੀ ਜਿਹੀ ਗੱਲ ਆ। ਆਪ ਉਹਨਾਂ ਦੀ ਸਰਕਾਰ ਮੰਨ ਰਹੀ ਹੈ, ਉਹਨਾਂ ਦੇ ਮੰਤਰੀ ਮੰਨ ਰਹੇ ਆ ਕਿ ਜਿਹੜੀਆਂ ਕਮੀਆਂ 90% ਕਮੀਆਂ ਅਸੀਂ ਦੂਰ ਕਰ ਦੇਵਾਂਗੇ। ਜੋ ਆਪ ਹੀ ਕਮੀਆਂ ਮੰਨੀ ਜਾਂਦੇ ਆ, ਫਿਰ ਕਾਨੂੰਨ ਨੂੰ ਵਾਪਸ ਕਰਨ ਤੋਂ ਰੁਕਦੇ ਆ, ਕਿਉਂਕਿ ਉਹ ਆਪਣਾ ਹੰਕਾਰ ਹੈ ਕਿ ਮੈਂ ਬਣਾਇਆ, ਇਹਦਾ ਮਤਲਬ ਮੈਂ ਹੁਣ ਪਿੱਛੇ ਨਹੀਂ ਹਟਣਾ। ਪਰ ਜਾਇਜ਼ਾ ਤੂਫਾਨ ਦੇਸ਼ ਦੇ ਕਿਸਾਨਾਂ ਨੇ ਖੜ੍ਹਾ ਕੀਤਾ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਹੀ ਪੈਣਾ। ਸੋ ਜੇ ਜੋ ਵੀ ਸ਼ਹਾਦਤਾਂ ਹੋ ਰਹੀਆਂ, ਜਾਨਾਂ ਜਾ ਰਹੀਆਂ, ਜੁੰਮਵਾਰ ਉਹਨਾਂ ਜਾਨਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ। ਅਸੀਂ ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਕਿਸਾਨ ਭਰਾਵਾਂ ਨੇ ਜਾਂ ਭੈਣਾਂ ਨੇ ਉਹ ਸੰਘਰਸ਼ ਵਿੱਚ ਗਏ, ਉਹਨਾਂ ਨੇ ਜਾਨਾਂ ਗਈਆਂ, ਸ਼ਹਾਦਤਾਂ ਦਿੱਤੀਆਂ, ਉੱਥੇ ਅਸੀਂ ਅਖੰਡ ਪਾਠ ਸਾਹਿਬ ਅਸੀਂ ਰੱਖ ਰਹੇ ਹਾਂ। ਉਹ ਉਹਨਾਂ ਦੀ ਪਰਮਾਤਮਾ ਤਰਫੋਂ ਅਰਦਾਸ ਕਰਨ ਵਾਸਤੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਸਤੇ, ਅਤੇ ਇਹ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ, ਸੰਘਰਸ਼ ਵਿੱਚ ਕਿਸਾਨਾਂ ਦੇ ਸੰਘਰਸ਼ ਜਿੱਤਣ ਵਾਸਤੇ ਅਸੀਂ ਪਾਠ ਸ਼ੁਰੂ ਕਰ ਰਹੇ ਹਾਂ। ਪਹਿਲੇ ਅਖੰਡ ਪਾਠ ਤਖ਼ਤ ਸ਼੍ਰੀ ਤਲਵੰਡੀ ਸਾਹਿਬ ਉੱਥੇ 2 ਤਰੀਕ ਨੂੰ ਰੱਖਿਆ ਜਾਊਗਾ, ਉਹਦੇ ਬਾਅਦ ਪਟਿਆਲੇ ਰੱਖਿਆ ਜਾ ਰਿਹਾ, ਫਿਰ ਅਸੀਂ ਜਿੱਥੇ ਜਿੱਥੇ ਸ਼ਾਦਤ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਤਰਫੋਂ ਪਾਠ ਰੱਖੇ ਜਾਣਗੇ। ਕੌਣ? ਨੀਤੀਸ਼ ਕੁਮਾਰ ਜੀ ਨੇ ਕਿਹਾ ਚਾਹੇ ਬੀਜੇਪੀ ਆਪਣਾ ਸੀਐਮ ਬਣਾਵੇ, ਉਹਨੂੰ ਮੈਂ ਉਹੀ ਕਹਿਣਾ ਚਾਹੁੰਦਾ। ਬੀਜੇਪੀ ਦੀ ਜਿਹੜੀ ਸੋਚ ਹੈ ਤੁਸੀਂ ਜਾਣਦੇ ਹੋ, ਨੀਤੀਸ਼ ਕੁਮਾਰ ਨਾਲ ਜੋ ਧੋਖਾ ਦਿੱਤਾ, ਉਹੀ ਧੋਖਾ ਉਹਨੇ ਸਾਨੂੰ ਨਾਲ ਦਿੱਤਾ ਸੀ। ਸਾਨੂੰ ਕਹਿੰਦੇ ਰਹੇ ਕਿ ਜਿਵੇਂ ਤੁਸੀਂ ਕਹੋਗੇ ਉਹ ਬਿੱਲ ਅਸੀਂ ਉਵੇਂ, ਜਿਵੇਂ ਕਿਸਾਨਾਂ ਤੋਂ ਪੁੱਛ ਲਓ ਜਿਵੇਂ ਚਾਹੁੰਦੇ ਉਹ ਕਰ ਲਾਂਗੇ ਅਸੀਂ। ਉਹ ਭਰੋਸਾ ਸਾਨੂੰ ਦਿੱਤਾ ਸੀ, ਜਿਹੜੇ ਸਭ ਤੋਂ ਪੁਰਾਣੇ ਅਸੀਂ ਉਹਨਾਂ ਦੇ ਸਾਥੀ ਹੈ, ਸਾਡੇ ਨਾਲ ਵਿਸ਼ਵਾਸਘਾਤ ਕੀਤੀ ਇਹਨਾਂ ਨੇ, ਹੁਣ ਨਿਤੇਸ਼ ਉਹਨਾਂ ਦੇ ਸਾਥੀ ਹੈ। ਦੇਖੋ, ਕਿਸੇ ਦੇ ਪਿੱਠ 'ਤੇ ਛੁਰਾ ਮਾਰਨਾ ਸਭ ਤੋਂ ਮਾੜੀ ਗੱਲ ਹੈ। ਜੇ ਲੜਾਈ ਲੜਨੀ ਆ ਤਾਂ ਸਿੱਧੀ ਹੋ ਕੇ ਲੜਨ, ਪਿੱਠ 'ਤੇ ਛੁਰਾ ਕਿਉਂ ਮਾਰਦੇ ਆ? ਸਾਡੇ ਪਿੱਠ 'ਤੇ ਛੁਰਾ ਮਾਰਿਆ ਨਿਤੀਸ਼ ਕੁਮਾਰ ਨੇ, ਹੁਣ ਪਿੱਠ 'ਤੇ ਛੁਰਾ ਮਾਰਿਆ।
ਉਹਨਾਂ ਦੀ ਕ੍ਰੈਡੀਬਿਲਟੀ, ਅੱਜ ਬੀਜੇਪੀ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਹੈ। ਐਨਡੀਏ ਜਿਹੜੀ ਐਨਡੀਏ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੁਣ, ਹੁਣ ਸੈਂਟਰ ਦੀ ਇਕੱਲੀ ਬੀਜੇਪੀ ਸਰਕਾਰ ਹੈ। ਸੈਂਟਰ ਦੀ ਸਰਕਾਰ ਵਿੱਚ ਇੱਕ ਵੀ ਬੀਜੇਪੀ ਤੋਂ ਵੱਧ ਮੰਤਰੀ ਨਹੀਂ ਹੈ। ਹੁਣ ਐਨਡੀਏ ਹੈ ਹੀ ਨਹੀਂ, ਤੁਸੀਂ ਐਨਡੀਏ ਦਾ ਨਾਂ ਲੈਣਾ ਬੰਦ ਕਰ ਦਿਓ। ਐਨਡੀਏ ਇਹਨਾਂ ਨੇ ਖਤਮ ਕਰਤਾ ਬੀਜੇਪੀ ਨੂੰ। ਅਸੀਂ ਸਾਰੀ ਸਾਡੀ ਜਿਹੜੀ ਟੀਮ ਬਣੀ ਹੈ, ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲ ਕਰ ਰਹੇ ਹਾਂ। ਆਹ ਸਾਰੀ ਅੱਜ ਜੇ ਫੈਡਰਲ ਸਟਰਕਚਰ ਸਹੀ ਹੁੰਦਾ, ਜੋ ਅਕਾਲੀ ਦਲ ਨੇ 25-30 ਸਾਲ ਪਹਿਲੇ ਮੰਗਿਆ ਸੀ ਦੇਸ਼ ਵਿੱਚ ਫੈਡਰਲ ਸਟਰਕਚਰ, ਅੱਜ ਵਿਚਾਰੇ ਕਿਸਾਨਾਂ ਨੂੰ ਸੜਕਾਂ 'ਤੇ ਉੱਥੇ ਧਰਨੇ ਦੇਣ ਦੀ ਲੋੜ ਨਹੀਂ ਪੈਣੀ ਸੀ। ਆਹ ਜਿਹੜੀ ਉਲੰਘਣਾ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਫੈਡਰਲ ਪਾਵਰ ਦੀ ਹੈ, ਆਹ ਜਿਹੜੀ ਸ਼ਕਤੀ ਹੈ, ਪਾਵਰ ਹੈ, ਸਟੇਟਾਂ ਦੀ ਪਾਵਰ ਨੂੰ ਖੋਹ ਕੇ ਆਹ ਜਿਹੜੇ ਕਾਨੂੰਨ ਬਣਾਏ ਗਏ ਹੈ ਜਿਹੜੇ ਕਰ ਨਹੀਂ ਸਕਦੇ। ਸੋ ਜੇ ਫੈਡਰਲ ਢਾਂਚੇ ਸਾਰੀਆਂ ਹੁਣ ਸੂਬਿਆਂ ਦੀ ਸਰਕਾਰਾਂ ਪਾਰਟੀਆਂ ਦੇ ਮਨ 'ਚ ਆ ਗਿਆ ਕਿ ਬੀਜੇਪੀ ਇੱਕ ਇੱਕ ਕਰਕੇ ਸਾਰਿਆਂ 'ਤੇ ਹਮਲਾ ਕਰੀ ਜਾਂਦੀ ਹੈ, ਇਹਨੇ ਇਹੋ ਜਿਹਾ ਮਾਹੌਲ ਬਣਾ ਦੇਣਾ ਹੈ ਜਿਹਦੇ 'ਚ ਜਿਹੜੇ ਸਾਰਿਆਂ 'ਤੇ ਹੀ ਉਹਨਾਂ ਨੇ ਹਮਲੇ ਕਰ ਦੇਣੇ ਆ। ਸੋ ਇਸ ਕਰਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ। ਇਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਹੇਠ ਅਸੀਂ ਗੱਲ ਕਰ ਰਹੇ ਹਾਂ ਸਾਰਿਆਂ ਨਾਲ ਕਿ ਇਕੱਠੇ ਹੋ ਕੇ ਇੱਕ ਆਵਾਜ਼ ਬਣਾਈਏ ਸੈਂਟਰ ਦੀ ਸਰਕਾਰ ਦੇ ਖਿਲਾਫ ਕਿ ਸੂਬਿਆਂ ਦੀਆਂ ਸ਼ਕਤੀਆਂ ਨੂੰ ਤੋੜਿਆ ਨਾ ਜਾਏ। ਬਸ ਛਾਪੇਮਾਰੀ ਹੋ ਰਹੀ ਹੈ ਜੀ, ਤੁਹਾਨੂੰ ਲੱਗਦਾ ਸਰਕਾਰ ਦੀ ਪੁਲਿਸ ਸਰਕਾਰ ਦੀ ਹੈ? ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ, ਜਿੰਨੇ ਮਰਜ਼ੀ ਤੁਸੀਂ ਛਾਪੇ ਮਾਰ ਲਓ, ਆਹ ਸੰਘਰਸ਼ ਕਮਜ਼ੋਰ ਨਹੀਂ ਹੋਊਗਾ। ਜਿੰਨੇ ਛਾਪੇ ਮਾਰੋਗੇ ਉਨਾ ਤਕੜਾ ਸੰਘਰਸ਼ ਵਧੂਗਾ। ਕੈਪਟਨ ਅਮਰਿੰਦਰ ਸਿੰਘ ਦੋਗਲੀ ਗੇਮ ਖੇਡ ਰਿਹਾ, ਇੱਕ ਪਾਸੇ ਕਹਿੰਦਾ ਮੈਂ ਕਿਸਾਨ ਦੀ ਸੰਘਰਸ਼ ਨਾਲ, ਦੂਜੇ ਪਾਸੇ ਸਾਰੇ ਕਿਸਾਨਾਂ ਦੇ ਖਿਲਾਫ ਪਰਚੇ ਦਿੱਤੇ ਨੇ। ਆਹ ਜਿਹੜੇ ਕਾਨੂੰਨ, ਤਿੰਨੇ ਕਾਨੂੰਨ ਹੈ ਅੱਜ ਵੀ ਸੈਂਟਰ ਦੇ ਕਾਨੂੰਨ ਜਿਹੜੇ ਤਿੰਨੇ ਹੈ ਉਹ ਪੰਜਾਬ ਸਰਕਾਰ ਨੇ ਲਾਗੂ ਕੀਤੇ ਹੈ। ਕੈਪਟਨ ਕਿਉਂ ਨਹੀਂ ਰੱਦ ਕਰਦਾ ਕਾਨੂੰਨ? ਜਿਹੜੇ ਤਿੰਨ ਆਪਣੇ ਬਣਾਏ ਕਾਨੂੰਨ ਜਿਹੜੇ ਇਹਨੇ ਆਪਣੇ ਬਣਾਏ, ਜਾਣ ਕੇ ਰੱਖਦਾ ਆਹ ਦੋਗਲੀ ਗੇਮ ਖੇਡੀ ਜਾਂਦਾ ਸੈਂਟ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ED ਦੇ ਕੇਸ ਬੜੇ ਹੈ, ਹੋਰ ਬੜੀਆਂ ਕਮਜ਼ੋਰੀਆਂ ਜਿਹੜੀਆਂ ਕਮਜ਼ੋਰੀਆਂ ਕਾਂਗਰਸ ਦੀ ਸਰਕਾਰ ਆਪਣੇ ਬੀਜੇਪੀ ਸਰਕਾਰ ਉਹਨੂੰ ਨੱਕੋ ਫੜੀ ਬੈਠੀ ਹੈ। ਤੋ ਜਿਵੇਂ ਕਹਿੰਦੇ ਹੈ ਉਵੇਂ ਇਹਨਾਂ ਤੋਂ ਕਰਾਈ ਜਾਂਦੇ ਹੈ। ਤੋ ਇਸ ਕਰਕੇ ਜਿਹੜੇ ਹੁਣ ਕਿਸਾਨਾਂ ਦੇ ਜਿਹੜੇ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ, ਹੁਣ ਸਾਰਿਆਂ ਦੇ ਪਰਚੇ ਹੋਣ ਲੱਗੇ, 1500 ਪਰਚੇ ਦਿੱਤੇ ਕੱਲ੍ਹ। ਬਹੁਤ ਗਲਤ ਕੀਤਾ, ਉਹ ਇੱਕ ਮੈਂਬਰ ਪਾਰਲੀਮੈਂਟ ਹੈ, ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਮਰਿਆਦਾ ਹੁੰਦੀ ਹੈ ਅਤੇ ਹਰ ਪੱਤਰਕਾਰ ਦਾ ਹੱਕ ਹੈ ਕੁਐਸਚਨ ਪੁੱਛਣਾ। ਇਹਦਾ ਮਤਲਬ ਨਹੀਂ ਤੁਸੀਂ ਜੋਸ਼ ਆ ਕੇ ਕੁਛ ਮਰਜ਼ੀ ਕਰ ਲਓ। ਸੀ ਮੈਨੂੰ ਬਿੱਟੂ ਸਾਹਿਬ ਦੀ ਕੋਈ ਪਤਾ, ਮੈਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਆ ਰੋਜ਼ ਉਹਨਾਂ ਦਾ ਬਿਆਨ, ਕੋਈ ਨਾ ਕੋਈ ਉਲਟ ਸੁੱਟ ਪਤਾ ਨਹੀਂ ਕੀ ਹੈ। ਜਾਣ ਤਾਂ ਉਹ ਚਾਹੁੰਦੇ ਆ ਕਿ ਮੈਂ ਹਰ ਰੋਜ਼ ਖਬਰ ਚਾਹਵਾਂ ਕਿ ਇਹਦਾ ਬਿਆਨ ਦੇਵਾਂ ਲੋਕ ਆ, ਮਗਰ ਉਹਨਾਂ ਨੂੰ ਟੀ ਵੀ ਵਾਲੇ ਮੇਰੇ ਮਗਰ ਮੇਰੇ ਬਿਆਨ ਕਰਨ, ਲੋਕ ਸੁਣ। ਬਿੱਟੂ ਸਾਹਿਬ ਤੁਸੀਂ ਸੰਘਰਸ਼ ਵਾਸਤੇ ਲੜੋ, ਆਪਣੇ ਵਾਸਤੇ ਨਹੀਂ, ਆਪਣੀ ਚੌਧਰ ਵਾਸਤੇ ਨਹੀਂ, ਆਪਣੀ ਖਬਰਾਂ ਵਾਸਤੇ ਨਹੀਂ। ਸੋ ਸ਼੍ਰੋਮਣੀ ਅਕਾਲੀ ਦਲ ਇਸ ਸੰਘਰਸ਼ ਵਿੱਚ ਪੂਰੀ ਤੌਰ 'ਤੇ ਪੂਰੀ ਜ਼ੋਰ ਨਾਲ ਅਸੀਂ ਸਾਰੇ ਵਰਕਰਾਂ ਦੀ ਡਿਊਟੀ ਲਾਈ ਹੈ, ਹਲਕੇ ਵਾਈਜ਼ ਡਿਸਟ੍ਰਿਕਟ ਵਾਈਜ਼ ਸਾਡੇ ਜਥੇਬੰਦੀ ਡਿਊਟੀ ਲਾਈ ਹੈ ਕਿ ਸੰਘਰਸ਼ ਵਿੱਚ ਤੁਸੀਂ ਵੱਡੇ ਪੱਧਰ 'ਤੇ ਹਿੱਸਾ ਲਓ। ਅਤੇ ਲਗਾਤਾਰ ਸਾਡੇ ਵਰਕਰ ਉੱਥੇ ਜਾ ਵੀ ਰਹੇ ਆ ਅਤੇ ਉਹਨਾਂ ਨੂੰ ਕਿਹਾ ਕਿ ਜੋ ਉੱਥੋਂ ਦੀ ਜਥੇਬੰਦੀਆਂ ਜੋ ਫੈਸਲਾ ਕਰਨਗੀਆਂ, ਜੋ ਆਦੇਸ਼ ਦੇਣਗੇ, ਤੁਸੀਂ ਉਹਨਾਂ ਦੇ ਦੇਸ਼ ਦੇ ਨਾਲ ਚੱਲੋ। ਬੀਜੇਪੀ ਦਾਅਵਾ ਕਰ ਰਹੀ ਹੈ ਵੀ ਸਰ ਆਉਣ ਵਾਲੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਸਾਡੀ ਹੋਵੇ, ਦਾਅਵਾ ਤਾਂ ਬਹੁਤ ਅਰਦਾਸ ਕਰੇ ਸ਼ਾਇਦ ਬਣ ਜੇ। ਬੀਜੇਪੀ ਸ਼ੁਰੂ ਹੋ ਗਿਆ ਜੀ ਅਤੇ
ਸੀ ਹਰਜੀਤ ਗਰੇਵਾਲ ਅਤੇ ਬਿੱਟੂ ਤਾਂ ਮੈਨੂੰ ਲੱਗਦਾ ਇੱਕੋ ਹੀ ਬਿਮਾਰੀ ਹੈ, ਮਤਲਬ ਕਿਤੇ ਇਕੱਠੇ ਵੀ ਹੁਣ ਇੱਕ ਟੀ ਵੀ 'ਤੇ ਆਉਣ ਲੱਗ ਗਈ, ਉਹ ਵੀ ਰੋਜ਼ ਹੀ ਹਰਜੀਤ ਗਰੇਵਾਲ ਨੇ ਟੀ ਵੀ 'ਤੇ ਆਉਣਾ ਅਤੇ ਇਹੋ ਜਿਹੀ ਗੱਲ ਚੱਕਵੀ ਗੱਲ ਕਹਿਣੀ ਹੈ ਕਿ ਜਿਹੜੇ ਲੋਕਾਂ ਦੇ ਖਿਲਾਫ ਹੋਏ। ਸੋ ਮੈਂ ਗਰੇਵਾਲ ਸਾਹਿਬ ਨੂੰ ਕਹਿੰਦਾ ਤੂੰ ਚੁੱਪ ਕਰਕੇ ਘਰੇ ਬਹਿ ਜਾਓ, ਕੀ ਲੈਣਾ ਤੁਸੀਂ ਇਹ ਜਿਹੀਆਂ ਚੱਕਵੀਆਂ ਗੱਲਾਂ ਕਰਕੇ, ਇਹ ਜੇ ਲੋਕਾਂ ਨੂੰ ਦੁਖੀ ਕਰਕੇ। ਅੱਗੇ ਕਿਸਾਨ ਦੁਖੀ ਹੈ ਵਿਚਾਰੇ, ਠੰਡ 'ਚ ਬੈਠੇ ਹੈ, ਅਤੇ ਤੁਸੀਂ ਉੱਥੇ ਜਾ ਕੇ ਫਿਰ ਤੋਂ ਇਹਦੀਆਂ ਚੱਕਵੀਆਂ ਗੱਲਾਂ ਕਰਦੇ ਆ, ਇਹ ਜਿਹੇ ਬਿਆਨ ਦਿੰਦੇ ਹੋ ਜਿਹੜੇ ਉਹਨਾਂ ਦੇ ਦੁੱਖ ਦਿਲ 'ਚ ਸੱਟ ਵੱਜਦੀ ਹੈ। ਨਵਜੋਤ ਸਿੰਘ ਸਿੱਧੂ ਦੀ ਇੱਕ ਫੋਟੋ ਜਿਹੜੀ ਵਾਇਰਲ ਹੋ ਰਹੀ ਹੈ, ਉਹਨਾਂ ਨੇ ਸ਼ਾਲ ਲਿਆ ਇੱਕ ਮੈਂ ਯਾਰ ਉਹ ਬੰਦਾ ਪਤਾ ਨਹੀਂ, ਉਹਦਾ ਕੋਈ ਪਤਾ ਨਹੀਂ ਕੀ ਕਰਦਾ, ਉਹਦਾ ਬਾਕੀ ਲਫ਼ਜ਼ ਵੀ ਨਹੀਂ ਹੈ ਮੇਰੇ ਕੋਲ ਉਹਨੂੰ ਡਿਸਕ੍ਰਾਈਬ ਕਰਨ। ਇਹ ਵੀ ਹੈ ਕਿ ਜਿਹੜਾ ਇਹ ਸਾਡਾ ਇਹ ਲੋਕ ਸਭਾ ਕੰਸਟੀਚੂਐਂਸੀ ਸੀ, ਇਹ ਕਾਂਗਰਸ ਦਾ ਗੜ ਬਣਦਾ ਰਹੇ, ਤੋੜਨ ਲਈ ਤੁਸੀਂ ਫਤਿਹਗੜ੍ਹ ਸਾਹਿਬ ਤੋਂ ਇਲੈਕਸ਼ਨ ਲੜੋਗੇ ਜੀ, ਕੋਈ ਇੱਦਾਂ ਹੀ ਹੈ ਗੱਲਬਾਤ ਜੀ? ਨਹੀਂ ਹਾਲੇ ਕੋਈ ਗੱਲਬਾਤ। ਥੈਂਕ ਯੂ, ਥੈਂਕ ਯੂ ਸਰ।